ਗੁਰੂ ਕਹਿੰਦੇ ਨੇ ਮੁੱਖ ਗ੍ਰੰਥ ਰਸਨ ਸਦਾ ਧਸ ਜਾਵਤ ਨਾਮ ਰੂਪ ਮੰਗ ਮੰਗ ਕੇ ਸਹਿ ਤਿਆਗ ਅਮਰ ਕੋ ਜਾਚੈ ਮੁੱਖ ਗ੍ਰੰਥ ਰਸਨ ਸਗਲ ਧਸ ਜਾਵਤ ਅੱਗੇ ਕਹਿਣ ਲੱਗੇ ਰੇ ਮਨ ਮੂਰ ਸਿਮਰ ਸੁਖ ਦਾਤਾ ਨਾਨਕ ਦਾਸ ਤੁਰੇ ਤੈਨੂੰ ਗੁਰੂ ਨਾਨਕ ਸਮਝਾਉਂਦਾ ਹੈ ਇੱਕੋ ਹੀ ਗੱਲ ਕਿ ਛੱਡ ਦੇ ਨਾ ਦੇਵੀ ਦੇਵਤਿਆਂ ਇੰਦਰ ਮੰਦਰ ਭਗਵਤੀ ਦੇਵੀ ਦੁਰਗਾ ਸਭ ਕੁਝ ਛੱਡ ਦੇ ਰੇਮਣ ਮੂੜ ਸਿਮਰ ਸੁਖ ਦਾਤਾ ਨਾਨਕ ਦਾਸ ਤੁਰੇ ਸਮਝਾਵੇ ਬਾਬਰ ਦੇ ਸਾਹਮਣੇ ਜ਼ਾਬਰ ਕਹਿੰਦਾ ਇੱਕ ਪਾਸੇ ਸਮਝਾਣਾ ਲੈਕਚਰ ਕਰਕੇ ਹੁੰਦਾ ਇੱਕ ਪਾਸੇ ਸਮਝਾਣਾ ਪ੍ਰੈਕਟੀਕਲੀ ਗੁਰੂ ਨਾਨਕ ਦਾ ਜੀਵਨ ਸਿੱਖ ਦੀ ਲੈਬੋਰਟਰੀ ਆ ਉੱਥੇ ਜਾ ਕੇ ਪ੍ਰੈਕਟੀਕਲ ਦੇਖ ਲੈ ਗੁਰੂ ਨਾਨਕ ਨੇ ਬਾਬਰ ਦੇ ਸਾਹਮਣੇ ਜ਼ਾਬਰ ਆਖਿਆ ਜਿਵੇਂ ਇਹ ਆਖਿਆ ਨਾ ਨਾਨਕ ਦਾਸ ਨੂੰ ਇਹ ਸਮਝਾਣਾ ਖੁੱਲ ਕੇ ਇੱਕ ਦਿਨ ਦੀ ਗੱਲ ਥੋੜੀ ਅਗਲੀਆਂ ਸਦੀਆਂ ਬੀਤ ਗਈਆਂ ਗੁਰੂ ਨਾਨਕ ਆ ਕੀ ਜਾਓ ਤਾਰੀਖ ਖਿਆਲ ਕਰਿਓ ਗੁਰੂ ਨਾਨਕ ਨੇ ਜੋ ਕਰਕੇ ਲੈਬੋਰਟਰੀ ਰੂਪ ਵਿੱਚ ਟੈਸਟ ਕੀਤਾ ਤੇ ਦਿਖਾਇਆ ਨਾ ਉਹਨੂੰ ਇੱਕ ਦਿਨ ਨਹੀਂ ਕੀਤਾ ਕਿ ਪੰਜ ਸੌ ਵਰੇ ਦੀ ਗੱਲ ਪੰਜ ਸੌ ਵਰੇ ਤੇ ਨਹੀਂ ਛੱਡਦੇ ਹੋ ਕਿ ਬਾਬਰ ਦੇ ਸਾਹਮਣੇ ਗੁਰੂ ਨਾਨਕ ਨੇ ਜ਼ਾਬਰ ਆਖ ਕੇ ਚੱਕੀਆਂ ਪੀਸੀ ਕਈ ਲੋਕ ਆਖਣ ਵਧੂ ਚੱਕੀ ਲਾ ਕੇ ਚੱਲ ਪਈਆਂ ਇਹ ਗੱਲ ਨਾ ਕਰਿਆ ਇਹ ਚੱਕੀਆਂ ਆਪੇ ਹੀ ਚੱਲ ਪਈਆਂ ਗੁਰੂ ਨਾਨਕ ਦੀ ਘਰ ਦੇ ਗੱਲ ਚੱਕੀਆਂ ਆਪੇ ਨਹੀਂ ਚੱਲ ਪਈਆਂ ਬਲਕਿ ਇੱਕ ਗੱਲ ਤਸਦੀਕ ਕਰਕੇ ਦੁਨੀਆਂ ਦੇ ਸਾਹਮਣੇ ਐਗਜ਼ਾਮਪਲ ਰੱਖੀ ਕਿ ਜਦੋਂ ਵੀ ਤੁਸੀਂ ਕਿਸੇ ਸ਼ਾਸਨਦਾਨ ਸ਼ਕਤੀਵਾਨ ਦੇ ਸਾਹਮਣੇ ਸਾਂਝਾ ਕਰਦਾ ਹੋ ਸਕਦਾ ਤੈਨੂੰ ਚੱਕੀਆਂ ਪੀਸਣੀਆਂ ਪੈਣ ਇਹ ਗੱਲ ਪੰਜ ਸੌ ਵਰੇ ਬਾਬਰ ਦੇ ਸਾਹਮਣੇ ਦੀ ਨਹੀਂ ਸੀ ਇਹ ਗੁਰਮਤਿ ਭਾਗੋ ਦੀ ਗੱਲ ਨਹੀਂ ਸੀ ਗੁਰੂ ਨਾਨਕ ਨੇ ਆਖਿਆ ਜੇ ਮੈਂ ਉਹਨੂੰ ਇਹ ਗੱਲ ਆਖੀ ਹੈ ਤਾਂ ਵੀ ਤੇਰੇ ਪੂਜਿਆਂ ਵਿੱਚੋਂ ਮੈਨੂੰ ਕਿਸੇ ਦਾ ਖੂਨ ਦਿਸਦਾ ਤਾਂ ਕੀ ਕਿਸੇ ਵੀ ਕਿ ਪੰਜ ਸੌ ਵਰਾ ਪਹਿਲਾਂ ਕੋਈ ਮਲਕ ਭਾਗੋ ਹੋਇਆ ਬਸ ਤੈਨੂੰ ਕੀ ਫਾਇਦਾ ਮੈਨੂੰ ਕੀ ਫਾਇਦਾ ਪੰਜ ਸੌ ਵਰਾ ਪਹਿਲਾਂ ਤੋਂ ਬਾਬਰ ਹੋਇਆ ਉਹਨੇ ਜ਼ਬਰ ਕਹਿ ਦਿੱਤਾ ਬਸ ਮੈਂ